ਮੈਡੀਕਲ ਤਕਨਾਲੋਜੀ ਬਹੁਤ ਸਾਰੇ ਵੇਸਟ ਪਦਾਰਥ ਉਤਪੰਨ ਕਰਦੀ ਹੈ। ਦੋ ਸਰਿੰਜ ਦੀ ਮਦਦ ਨਾਲ ਇੱਕ ਮੋਟੀ ਤੇ ਇੱਕ ਪਤਲੀ ਰਾਹੀਂ ਇੱਕ ਬਹੁਤ ਸੁੰਦਰ ਪੰਪ ਬਣਾ ਸਕਦੇ ਹਾਂ। ਇੱਕ 6 ml ਦੀ ਸਰਿੰਜ ਦਾ ਪਲੰਗਰ ਕੱਢ ਲਵੋ ਅਤੇ ਉਸ ਦਾ ਕਾਲਾ ਰਬੜ ਦਾ ਪਿਸਟਲ ਵੀ ਕੱਢ ਲਓ। ਛੋਟੀ ਸਰਿੰਜ ਵਿੱਚੋਂ ਵੀ ਪਲੰਗਰ ਬਾਹਰ ਕੱਢ ਲਵੋ ਤੇ ਉਸ ਵਿੱਚ ਬਾਲ ਬੇਅਰਿੰਗ ਪਾ ਦਿਓ। ਉਸ ਦਾ ਕਾਲਾ ਰਬੜ ਪਿਸਟਨ ਸਟੋਪਰ ਦੀ ਤਰ੍ਹਾਂ ਉਸ ਦੇ ਅੰਤ ਵਿੱਚ ਰੱਖੋ। ਸਟੀਲ ਦੀ ਗੇਂਦ ਵਾਲ ਦਾ ਕੰਮ ਕਰੇਗੀ। ਵੱਡੀ ਸਰਿੰਜ ਦੇ ਕਾਲੇ ਰਬੜ ਪਿਸਟਨ ਵਿੱਚ ਗਲੀ ਕਰ ਲਵੋ ਤੇ ਉਸ ਨੂੰ ਛੋਟੀ ਸਰਿੰਜ ਦੇ ਨੋਜ਼ਲ ਤੇ ਰਬੜ ਗਲੂ ਨਾਲ ਚਿਪਕਾ ਦਿਓ। ਰਬੜ ਪਿਸਟਨ ਨੂੰ ਗੂੰਦ ਨਾਲ ਚਿਪਕਾਉਣ ਦੇ ਬਾਅਦ ਵੀ ਤੁਸੀਂ ਨੋਜ਼ਲ ਵਾਲੀ ਗਲੀ ਆਸਾਨੀ ਨਾਲ ਵੇਖ ਸਕਦੇ ਹੋਵੋਗੇ। ਛੋਟੀ ਬੈਰਲ ਦੇ ਨੇੜੇ ਇੱਕ ਗਲੀ ਕਰੋ। ਇਹ ਡਿਲੀਵਰੀ ਪੋਰਟ ਦਾ ਕੰਮ ਕਰੇਗੀ। ਉਹ ਮੋਰੀ ਵਿੱਚੋਂ ਪਾਣੀ ਬਾਹਰ ਆਵੇਗਾ। ਹੁਣ ਇੱਕ ਹੋਰ ਸਟੀਲ ਦੀ ਗੇਂਦ ਵੱਡੇ ਬੈਰਲ ਵਿੱਚ ਪਾਓ। ਫਿਰ ਛੋਟੀ ਸਰਿੰਜ ਨੂੰ ਵੱਡੀ ਸਰਿੰਜ ਦੇ ਅੰਦਰ ਪੂਰੀ ਤਰ੍ਹਾਂ ਤੱਕੋ। ਇਹ ਪੰਪ ਤਕਰੀਬਨ ਤਿਆਰ ਹੈ, ਜਿਸ ਵਿੱਚ 2 ਵਾਲਵ ਹਨ, ਇੱਕ ਬੈਰਲ ਤੇ ਇੱਕ ਪਿਸਟਨ ਹੈ। ਇਸ ਪੰਪ ਨੂੰ ਲੰਬਾਈ ਵਿੱਚ ਭਾਵ ਵਰਟੀਕਲੀ ਪਾਣੀ ਦੇ ਮੱਗ ਦੇ ਅੰਦਰ ਰੱਖੋ ਅਤੇ ਛੋਟੀ ਸਰਿੰਜ ਨੂੰ ਕੁਝ ਵਾਰ ਪੁਸ਼ ਪੁੱਲ ਦੀ ਤਕਨੀਕ ਨਾਲ ਚਲਾਓ। ਛੇਤੀ ਹੀ ਪਾਣੀ ਆਪਣੀ ਤੇਜ਼ ਗਤੀ ਨਾਲ ਬਾਹਰ ਆਏਗਾ ਅਤੇ ਬਹੁਤ ਸੁੰਦਰ ਵਿਖਾਈ ਦੇਵੇਗਾ।